वाहिगुरु जी का खालसा वाहिगुरू जी की फतेह। जिवें कि आप सब जानते हो पिंड मेहंदीपुर 10 और 11 तरीक नूं हड़ां दी प्रकोपी ने पूरे पिंड नूं मार पाई। बहुत सारे पिंड होर भी डुबे हुए सन। साडे पिंड 11 तरीक तो लगातार, अज 16 तरीक हो गई है, लगातार लंगर लैके आ रही संगतां, तुहानूं उहनां नाल मिलाने आ ते उहनां दा पिंड वल्लों असीं थोड़ी जी माया दे रूप विच सन्मान भी करना है। पहलां उहनां नाल गल करदे आपां, तुहानूं बुलाने। हाँ जी सर, सत श्री अकाल सर। वाहिगुरु खालसा वाहिगुरू फतेह जी। सर मैं तुहानूं पुछना चाहूँगा, तुसीं पिछले 6 दिन तो लगातार पिंड मेहंदीपुर च लंगर लैके संगतां दी सेवा कर रहे हो। बड़ा एक कुदरती प्रकोपी सी जिहदी मलम लाण लई तुसीं साडे कोल आउंदे सी, बड़ा भावुक ये पल लिया, तां मैं तुहाडे कोल जानना चाहूँगा तुसीं लंगर कित्थों कित्थों अरेंजमेंट कीता ते अपने बारे पूरा अपना नाम दस के तुसीं। वाहिगुरू जी का खालसा वाहिगुरू जी की फतेह। असीं पिंड सुजो तो आए हैं जी। ये साडे नाल जिहड़े बाकी सिंघ सीगे ते कोई पल्ली चिक्की तो बैंसां तो सुजो तो नौरे तो ये जिहड़ा लंगर है ये तैयार होकर आ रहा जी नौरे तो, नौरा सरां जिहड़ी है जी उत्थों लगातार लंगर हो के तैयार हो रहा है, उत्थों आ रहा है। ये तुसीं लंगर गुरु घर वालों लिया जा उत्थे तुसीं किदां इकट्ठा करके किदां? पहला दसवंध नाल भी लंगर चलिया है जी ते हुण जिहड़ा है गुरु घर वालों लंगर चल रहा है कार सेवा वाले। तुसीं मैं देखा तुसीं पानी का भी टैंकर बड़ा भर के डेली लेके आने, बहुत बड़ा उपराला आ ते तुहाडा नगर वालों असीं बहुत बहुत धन्नवाद करते हैं। गुरुद्वारा श्री गुरु अरदासपुर पिंड मेहंदीपुर वालों, पंचायत वालों अते सारे नगर वालों ये तुहाडा बहुत बहुत अज धन्नवाद करते हैं। अज 16 तरीक आ, लगातार 5-6 दिन तुहानूं आंदे नूं हो गए, बहुत वड्डी गल सी। होर भी बहुत सारे पिंडां तों लंगर आया पर तुसीं रोज़ लैके आंदे सीगे, असीं तुहाडा देण नहीं दे सकदे। तुसीं गरीबां दे मूँह 'च भुक्खियां दे मूँह 'च लंगर पाया, ये बाबे नानक दा 20 रुपए का जिहड़ा उह लंगर चलिया अज तक उह चल रिहा। असीं बड़े ऋणी हाँ और नमन है उन्हां दे चरणां विच, बाबा नानक दे चरणां 'च, कि अज तक उहनां दे नां नूं तुसीं याद रखिया है ते उहनां दे नां दे उत्ते लंगर लगा रहे हो। बहुत बहुत धन्नवाद तुहाडा। हुण तुहानूं असीं ਪਾਣੀ ਦਾ ਜਿਹੜੀ ਸੇਵਾ ਇਹ ਭਾਜੀ ਆਪਣੇ ਭੁਪਿੰਦਰ ਭਾਜੀ ਆ ਭੀਣ ਤੋਂ ਓਕੇ ਅਤੇ ਉਹਨਾਂ ਵੱਲੋਂ ਲਾਈ ਗਈ ਆ ਅਤੇ ਥੋੜ੍ਹੇ ਦਿਨ ਹੋਰ ਚੱਲੇਗਾ ਜਿੰਨਾ ਸਾਨੂੰ ਪਾਣੀ ਚਾਹੀਦਾ ਹੋਇਆ ਤੁਸੀਂ ਦੱਸ ਸਕਦੇ। ਠੀਕ ਹੈ ਜੀ, ਅਤੇ ਉਹ ਸਾਨੂੰ ਜਿਹੜਾ ਆ ਪ੍ਰੋਵਾਈਡ ਹੁੰਦਾ ਰਹੂਗਾ ਭਾਜੀ ਉਹਨਾਂ ਨੂੰ ਦੱਸ ਸਕਦੇ। ਠੀਕ ਹੈ ਜੀ, ਬਹੁਤ ਵਧੀਆ ਜੀ। ਹਾਂਜੀ ਸਰ, ਤੁਸੀਂ ਕੁਛ ਬੋਲਣਾ ਚਾਹੋਗੇ? ਇਹ ਜਿਹੜਾ ਪਾਣੀ ਦੀ ਸੇਵਾ ਨਾ ਇਹ ਭੀਣ ਤੋਂ ਉਹਨਾਂ ਦਾ ਪਲਾਂਟ ਆ ਉਹਨਾਂ ਦਾ ਆਪਣਾ ਓਕੇ ਜਿੱਦਾਂ ਉਹ ਜਿੱਦਾਂ ਆਪਣਾ ਕੰਮ ਕਰਦੇ ਆ ਆਪਣਾ ਪਾਣੀ ਦਿੰਦੇ ਸਪਲਾਈ ਕਰਦੇ ਵਾਟਰ ਕੂਲਰ ਇਹ ਸਾਰਾ ਹੀ ਜੋ ਪਾਣੀ ਦੀ ਸੇਵਾ ਸਾਰੀ ਉਹਨਾਂ ਦੇ ਉਹਨਾਂ ਦੇ ਰਹੀ ਹੈ। ਬਹੁਤ ਵਧੀਆ, ਬਹੁਤ ਵੱਡਾ ਪ੍ਰੋਗਰਾਮ। ਜਿੰਨਾ ਜਿੰਨਾ ਚਿਰ ਵੀ ਤੁਸੀਂ ਅੱਗੇ ਹੁਕਮ ਲਾਉਂਗੇ ਇਹ ਉਹਨਾਂ ਚਿਰ ਪਾਣੀ ਚੱਲੂਗਾ। ਅਸਲ ਸੇਵਾ ਜੀ ਇਹ, ਗਰੀਬਾਂ ਨੂੰ ਡੁੱਬਦਿਆਂ ਨੂੰ ਤੁਸੀਂ ਬਚਾਇਆ ਔਰ ਭੁੱਖਿਆਂ ਦੇ ਮੂੰਹ 'ਚ ਲੰਗਰ ਪਾਇਆ ਅਤੇ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਸਾਡੇ ਨਾਲ ਹਰੀ ਰਾਮ ਜੀ ਪੰਜ ਸਾਹਿਬ ਖੜ੍ਹੇ ਨੇ, ਉਹਨਾਂ ਨਾਲ ਪਾਠੀ ਸਾਹਿਬਾਨ ਅਰਜਨ ਸਿੰਘ ਜੀ, ਸ਼ਿੰਗਾਰਾ ਸਿੰਘ ਜੀ, ਹੋਰ ਰਾਮ ਲਾਲ ਜੀ ਅਤੇ ਸਤਪਾਲ ਜੀ ਖੜ੍ਹੇ ਨੇ। ਤਾਂ ਮੈਂ ਬੇਨਤੀ ਕਰਦਾ ਕਿ ਜੋ ਅਸੀਂ ਸੇਵਾ ਦੇਣੀ ਹੈ ਉਹ ਉਹਨਾਂ ਦੇ ਹੱਥ ਫੜਾਈ ਜਾਵੇ। ਕੋਈ ਨਹੀਂ ਕੋਈ ਨਹੀਂ। ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਅਰਜਨ ਸਿੰਘ ਪਿੰਡ ਮਹਿੰਦੀਪੁਰ, ਅਸੀਂ ਵੀ ਕਈ ਦਿਨਾਂ ਤੋਂ ਵੈਸੇ ਲੱਗੇ ਹੋਏ ਸਮਾਜ ਦੀ ਸੇਵਾ ਕਰਨ ਦੇ ਵਾਸਤੇ। ਇਹ ਭਾਈ ਸਾਹਿਬ ਜੀ ਸਾਡੇ ਸਿੰਘ ਸਾਹਿਬਾਨ ਪਿਛਲੇ ਕਈ ਦਿਨਾਂ ਤੋਂ ਸਾਡੇ ਪਿੰਡ ਲੰਗਰ ਲੈ ਕੇ ਆ ਰਹੇ ਨੇ, ਜਲ ਲੈ ਕੇ ਆ ਰਹੇ ਨੇ ਪਿੰਡ ਭੀਣ ਤੋਂ ਆਰੋ ਵਾਲਾ। ਅਸੀਂ ਇਹਨਾਂ ਦੇ ਵੀ ਸਾਰਿਆਂ ਧਰਮਾਂ ਦੀ ਔਰ ਜੋ ਹੋਰ ਵੀ ਨਗਰਾਂ ਤੋਂ ਅਲੱਗ ਅਲੱਗ, ਕੋਈ ਸਮਾਨਪੁਰ ਤੋਂ, ਕੋਈ ਸਿੰਬਲੀ ਤੋਂ ਅਲੱਗ ਅਲੱਗ ਪਿੰਡਾਂ ਤੋਂ ਲੰਗਰ ਲੈ ਕੇ, ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਇਸ ਚੈਨਲ ਦੇ ਦੁਆਰਾ। ਔਰ ਇਸ ਵਕਤ ਕਿਉਂਕਿ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹਿਮੇਵ, ਨਾਨਕ ਪ੍ਰਭ ਸੰਨਾਖੀ ਕਰ ਪ੍ਰਸਾਦ ਗੁਰਦੇਵ। ਗੁਰੂ ਮਹਾਰਾਜ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਕਾਮ ਕ੍ਰੋਧ ਲੋਭ ਮੋਹ ਤੋਂ ਬਚਾਉਣ, ਔਰ ਕਿਰਪਾ ਕਰਨ ਇਸ ਵਕਤ ਸਾਨੂੰ ਸੇਵਾ ਆਈ ਹੈ। ਇਹ ਪਿੰਡ ਹੈ ਜੀ ਸੋਢੀਆਂ ਤੋਂ, ਇਹ ਗੁਪਤ ਸੇਵਾ ਆਈ ਹੈ। ਅਸੀਂ ਸੇਵਾ ਤਾਂ ਹੋਰ ਵੀ ਕਰਨੀ ਚਾਹੁੰਦੇ ਸੀ ਸੁੱਕਾ ਸਿੱਧਾ, ਲੇਕਿਨ ਕੁਝ ਕਾਰਨਾਂ ਕਰਕੇ ਅਸੀਂ ਰੋਕ ਦਿੱਤੀ, ਅਸੀਂ ਉਹ ਰੋਕ ਦਿੱਤੀ, ਇਸ ਕਰਕੇ ਸੁੱਕੇ ਸਿੱਧੇ ਨਾਲ ਥੋੜ੍ਹੀ ਸਮੱਸਿਆ ਖੜ੍ਹ ਜਾਂਦੀ ਹੈ। ਇਸ ਕਰਕੇ ਅਸੀਂ ਸੇਵਾ 5000 ਸਾਨੂੰ ਪਿੰਡ ਸੋਢੀਆਂ ਤੋਂ, ਇਹ ਗੁਪਤ ਸੇਵਾ ਹੈ ਜੀ। ਇਹ ਸਾਡੇ ਪਿੰਡ ਮਹਿੰਦੀਪੁਰ ਕਿਸੇ ਦੀ ਰਿਸ਼ਤੇਦਾਰੀ ਹੈ ਔਰ ਉਹਨਾਂ ਨੇ ਮਨਾ ਕੀਤਾ ਕਿ ਸਾਡਾ ਨਾਮ ਨਹੀਂ ਲੈਣਾ। ਪਹਿਲਾਂ ਸਾਡੀ ਸਲਾਹ ਬਣੀ ਸੀ ਵੀ ਅਸੀਂ ਇਹਦਾ ਵੀ ਸੁੱਕਾ ਸਿੱਧਾ ਹੀ ਵੰਡ ਦਈਏ, ਪਰ ਜੋ ਸਿੰਘ ਸਾਹਿਬਾਨ ਇੱਥੇ ਸਾਡੇ ਪਿੰਡ ਵਿੱਚ ਸੇਵਾ ਕਰਨ ਦੇ ਵਾਸਤੇ ਪਹੁੰਚਦੇ ਹਨ, ਅਸੀਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪਾਣੀ ਵਾਲੇ ਭਾਈ ਸਾਹਿਬ ਦਾ ਵੀ ਜੋ ਪਿੰਡ ਭੀਣ ਤੋਂ ਸੇਵਾ ਕਰਦੇ ਨੇ ਪਾਣੀ ਦੀ, ਕਿਉਂਕਿ ਪਾਣੀ ਦੀ ਸੇਵਾ ਵੀ ਬਹੁਤ ਉੱਤਮ ਸੇਵਾ ਹੈ। ਇਸ ਕਰਕੇ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇਹ ਹਰੀ ਰਾਮ ਜੀ ਪੰਚ ਦੇ ਦੁਆਰਾ ਪਿੰਡ ਸੋਢੀਆਂ ਤੋਂ ਜੋ ਸੇਵਾ 5000 ਰੁਪਏ ਆਈ ਹੈ ਇਹ ਸੇਵਾ ਅਸੀਂ ਦੇ ਸਕਦੇ ਹਾਂ ਸਿੱਖ ਸਾਹਿਬਾਨਾਂ, ਅਸੀਂ ਇਹ ਟੈਲੀਫੋਨ ਜੋ ਵੀ ਜਿੱਦਾਂ ਵੀ ਆਈ ਹੈ ਇਹ ਸੇਵਾ ਜੀ, ਇਹ ਗੁਰੂ ਘਰ ਲੰਗਰ ਇਸੇ ਤਰ੍ਹਾਂ ਚੱਲਦਾ ਰਹੇ, ਉਹਨਾਂ ਦਾ ਧੰਨਵਾਦ ਹੈ ਜੀ। ਬੋਲੇ ਸੋ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।